जी नमस्कार दोस्तों, आरबी लाइव मीडिया देख रहे सारे दर्शकों का मैं साहिल बठेजा स्वागत करता हाँ। अज मैं तुम लैके आया डीसी दफ्तर के सामने जिथे कांग्रेस पार्टी जिले की कांग्रेस वालों आज धरना दिता जा रहा है, जिनकी लाइव तस्वीरें तुम देख सकते हो। आरबी लाइव मीडिया के डीसी दफ्तर के सामने अज समूह जिला कांग्रेस वालों धरना दिता जा रहा है आम आदमी पार्टी के खिलाफ। इस धरने विच विशेष रूप से सबका एमएलए रविंदर सिंह कुबाया जी, नगर कौंसल प्रधान सुरिंदर सचदेवा जी, समुची कांग्रेस लीडरशिप मौजूद है। सुखद बराड जी भी इथे मौजूद ने, सारे ही एमसी भी जो फाइल करते ने वो भी इथे मौजूद ने, लाइव तस्वीरें देख सकते हो। मेरे नाल सनी दूमड़ा जी भी ने, मैं उन्होंने कहवागा सारी तस्वीरें तुम दिखाएंगे। पंजाब सरकार मुर्दाबाद मुर्दाबाद, पंजाब सरकार मुर्दाबाद। जो पूजा सिंह सरारी वालों पिछले दिन ही वीडियो वायरल हुई है, आडियो वायरल हुई है, उन्होंने खिलाफ कानूनी कार्रवाई की जाए, कैप्टन के खिलाफ जो ठोरी वाली सरकार पर्चा दिता गया है रद्द किया जाए, वो गैर कानूनी पर्चा किया गया है। कांग्रेसियों को झूठे पर्चिया फसाया जा रहा है। ਤੁਸੀਂ ਦੇਖ ਸਕਦੇ ਹੋ ਕਾਫੀ ਭਾਰੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਇੱਥੇ ਮੌਜੂਦ ਨੇ, ਮਾਲਮ ਬਲਾਕ ਦਾ ਪ੍ਰਧਾਨ ਵੀ ਪਹੁੰਚੇ ਨੇ, ਸਮੁੱਚੀ ਜ਼ਿਲ੍ਹਾ ਕਾਂਗਰਸ ਇੱਥੇ ਮੌਜੂਦ ਹੈ। ਅੱਜ ਇਸੇ ਲਸ਼ਕਰ ਦੇ ਵਿੱਚ ਸਾਡੇ ਮਿਸਲ ਕਮਿੰਡਰ ਸਾਹਿਬਾਨ ਜਿਹੜੇ ਪਹੁੰਚੇ ਨੇ, ਅਸ਼ਵਨੀ ਕੁਮਾਰ ਜੀ ਐਮਸੀ, ਮਹਿੰਦਰ ਕੁਮਾਰ ਜੀ ਐਮਸੀ, ਰਾਧੇ ਸ਼ਾਮ ਕਸ਼ਪ ਜੀ ਐਮਸੀ, ਪਾਲ ਚੰਦ ਵਰਮਾ ਜੀ ਐਮਸੀ, ਬਾਹੂ ਰਾਮ ਜੀ ਐਮਸੀ, ਜਗਦੀਸ਼ ਬਸਵਾਲਾ ਐਮਸੀ, ਸੁਰਜੀਤ ਸਿੰਘ ਵਾਰਵਲ ਐਮਸੀ, ਸਾਵਨ ਸਿੰਘ ਜੀ, ਜਗਦੀਸ਼ ਬਜਾਜ ਜੀ, ਸ਼ਾਨਦਾਰ ਗਾਂਧੀ ਜੀ, ਰੋਮੀ ਫਟੇਲਾ ਜੀ, ਹਰੀਸ਼ ਠੱਕਰ ਜੀ, ਮੋਹਨ ਲਾਲ ਜੀ ਮੋਦੀ, ਰੋਸ਼ਨ ਸਿੰਘ ਜੀ, ਸਾਰੇ ਸਿੰਘ ਜੀ ਪਹੁੰਚੇ ਨੇ। ਅਸੀਂ ਉਹਨਾਂ ਨੂੰ ਵੀ ਜੀ ਆਇਆ ਕਹਿੰਦੇ ਹਾਂ। ਹੋਰ ਵੀ ਮੇਰੇ ਸਾਥੀ ਵੀਰ ਬਹੁਤ ਦੂਰੋਂ ਦੂਰੋਂ ਪਹੁੰਚੇ ਨੇ। ਇਸ ਵਾਸਤੇ ਮੇਰੇ ਸਾਥੀ ਵੀਰੋ, ਕੋਈ ਕਿਸੇ ਦਾ ਨਾਂ ਨਾ ਬੋਲਿਆ ਜਾ ਸਕੇ ਤੇ ਸ਼ਮਾ ਕਰਿਆ ਜੋ, ਕਿਉਂਕਿ ਲਿਸਟ ਬਹੁਤ ਲੰਮੀ ਹੁੰਦੀ ਹੈ। ਕਾਂਗਰਸ ਵੱਲੋਂ ਅੱਜ ਡੀਸੀ ਦਫ਼ਤਰ ਦੇ ਸਾਹਮਣੇ ਮੈਂ ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕੀਤਾ ਜਾ ਰਿਹਾ ਹੈ, ਧਰਨਾ ਦਿੱਤਾ ਜਾ ਰਿਹਾ ਹੈ, ਜਿਹਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਰਬੀ ਲਾਈਵ ਮੀਡੀਆ ਤੇ। ਆਪਣੇ ਵਿਚਾਰ ਦੇਣਗੇ ਪ੍ਰਿੰਸੀਪਲ ਰਿਟਾਇਰ ਪਾਲ ਚੰਦ ਜੀ ਵਰਮਾ, ਮਿਊਨਸੀਪਲ ਕਮਿਸ਼ਨਰ ਸਭਾ। ਬਹੁਤ ਹੀ ਸਤਿਕਾਰਯੋਗ ਸਾਡੇ ਇਲਾਕੇ ਦੀ ਸ਼ਾਨ, ਸਾਡੇ ਐਮਐਲਏ ਉਸਤਾਦ ਦਵਿੰਦਰ ਸਿੰਘ ਘੁਬਾਇਆ ਜੀ, ਉਹਨਾਂ ਦੇ ਨਾਲ ਸਾਡੇ ਪੂਰਵ ਚੇਅਰਮੈਨ ਸੁਖਵੰਤ ਬਰਾੜ ਜੀ, ਔਰ ਹੁਣੇ ਹੁਣੇ ਡੀਸੀ ਕਹਿੰਦੇ ਚੇਅਰਮੈਨ ਬਣੇ ਰਾਜਪਾਲ ਜੀ, ਔਰ ਬਹੁਤ ਸਾਰੇ ਲੀਡਰ ਸਨਮਾਨ ਲੈ ਕੇ ਆਓ। ਗੱਲਬਾਤ ਕਰਦੇ ਹਾਂ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਚਦੇਵਾ ਜੀ ਨਾਲ। 12 ਪ੍ਰਧਾਨ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਸਦੇ ਖਿਲਾਫ, ਉਸ ਦੀਆਂ ਗਲਤ ਨੀਤੀਆਂ ਦੇ ਖਿਲਾਫ, ਲੋਕ ਮਾਰੂ ਨੀਤੀਆਂ ਦੇ ਖਿਲਾਫ ਔਰ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਸਾਡੀ ਮੁੱਖ ਮੰਗ ਜਿਹੜੀ ਹੈ ਉਹ ਇਹ ਹੈ ਕਿ ਸਰਦਾਰ ਫੌਜਾ ਸਿੰਘ ਜੀ ਸਰਾਰੀ ਜਿਹੜੇ ਕੈਬਨਿਟ ਮੰਤਰੀ ਹੈ, ਉਹਨਾਂ ਦੀ ਆਡੀਓ ਪੂਰੇ ਦੁਨੀਆ ਦੇ ਵਿੱਚ ਵਾਇਰਲ ਹੋਈ ਹੈ, ਔਰ ਕਿਸ ਤਰੀਕੇ ਦੇ ਨਾਲ ਉਹ ਸੌਦਾ ਕਰ ਰਹੇ ਹੈ, ਕਿਸ ਤਰੀਕੇ ਨਾਲ ਸੈਟਿੰਗ ਕਰ ਰਹੇ ਹੈ, ਔਰ ਇਹ ਗੱਲ ਜਿਨ੍ਹਾਂ ਦੇ ਨਾਲ ਉਹਨਾਂ ਦੀ ਗੱਲ ਹੋਈ ਹੈ ਉਹਨਾਂ ਨੇ ਖੁਦ ਮੰਨਿਆ ਕਿ ਜਿਹੜੀ ਹੈ ਆਵਾਜ਼ ਸਾਡੀ ਹੈ, ਲੇਕਿਨ ਉਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਜਿਹੜੀ ਕਿ ਇਹ ਕਹਿੰਦੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣਾ ਹੈ, ਉਸ ਦੇ ਕੰਨਾਂ ਦੇ ਉੱਪਰ ਜੂੰ ਤੱਕ ਨਹੀਂ ਰਹਿੰਗੀ। ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਸਾਡੇ ਸਿਹਤ ਮੰਤਰੀ ਜਿਨ੍ਹਾਂ ਦੇ ਉੱਪਰ ਪਰਚਾ ਕਰਕੇ ਉਹਨਾਂ ਨੂੰ ਬਰਖਾਸਤ ਕਰਕੇ ਉਹਨਾਂ ਨੂੰ ਅੰਦਰ ਕੀਤਾ, ਉਹਨਾਂ ਦੀ ਆਡੀਓ ਵੀਡੀਓ ਕਿਸੇ ਨੇ ਨਹੀਂ ਸੁਣੀ ਸੀ ਸਿਵਾਏ ਭਗਵੰਤ ਮਾਨ ਜੀ ਦੇ ਕਹਿਣ ਮੁਤਾਬਕ। ਉਹਨਾਂ ਨੂੰ ਜਿਹੜਾ ਅੰਦਰ ਕੀਤਾ ਗਿਆ ਮਤਲਬ ਸਿਰਫ ਉਹ ਵਿਪਕਸ਼ ਨੂੰ ਇੱਕ ਡਰਾਉਣ ਵਾਸਤੇ ਇੱਕ ਡਰਾਮਾ ਖੇਡਿਆ ਗਿਆ ਸੀ। ਜੇ ਵਾਕਿਆ ਹੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਹੈ ਸ਼ਾਸਨ ਦੇਣਾ ਚਾਹੁੰਦੀ ਹੈ ਤਾਂ ਫੌਜਾ ਸਿੰਘ ਸਰਾਰੀ ਦੇ ਉੱਪਰ ਕਾਰਵਾਈ ਅੱਜ ਤੱਕ ਕਿਉਂ ਨਹੀਂ ਹੋਈ? ਇਹ ਮੰਗ ਨੂੰ ਲੈ ਕੇ ਜਿਹੜਾ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ,
इस तो अलावा कई लोकल मुद्दे भी है, रेत के बारे है, उसके जिस तरीके कहें कि रेत 9 रुपए कुछ पैसे कर दी, लेकिन उस उपर गुंडा टैक्स जो लगाया जा रहा है, 3-3 दिन उसे ट्रैक्टर ट्राली खड़े रहेंगे, उसकी एवरेज कढ़ो तो पहले दिन रेत जी ज्यादा महंगी पै रही है, सिर्फ नाम की 9 रुपये स्क्वेयर फुट रेता किया है, उसका टोटल खर्चा गिनो जो गुंडा टैक्स परची का परची कटते ये करते वो करते उस हिसाब से ज्यादा महंगा है। पिछले काफी लंबे समय तो रेता बंद सी, हुण जिहड़ा की है बहाल किया गया है, उन्होंने तो दावा किया जा रहा है 9 रुपये तो कुछ पैसे की मिलते, तुसी जाके मौके ते देखो जिहड़ियां एक खड्ड खोली है और 4-4 दिन उत्थे ट्रैक्टर ट्राली वाले खड़े रहिंदे है जिन्हां दी 500 रुपया रोज की दिहाड़ी खाली पैंदी है, उस तो इलावा उत्थे गुंडा टैक्स की पर्ची कट्टी जांदी है, उत्थे ब्लैक किया जाता है, तुसी एवरेज कड्डो कागजां विच तां 9 रुपये विक रहा है, लेकिन जदों रेते वाल लैके इत्थे पहुंचदा ना जिन्नी देर 4-4 दिन ट्राली जिहड़ी उत्थे खड़े रहिंदी है उहदी एवरेज जिहड़ी है पहले रेट दे नालों कई गुना ज्यादा रेट मिल रहे हैं। प्रधान जी वेखन नूं आया सी कि पिछले टाइम दे विच तुहाडे ही मंत्री भारत भूषण आशु कांगड़ साहब ते इन्हां दे उत्ते भी भ्रष्टाचार दे कई आरोप लगे ने ते उन्हां नूं उहदे विच जेल तक भी जाना पिया, कि तुहाडी सरकार भ्रष्ट मुक्त सी? मैं यही मान सरकार नूं पुछना चाहना कि जिन्हां दे बारे अजे तां रिकॉर्ड खगालने ने ਉਹ ਦੋਸ਼ੀ ਹੈਗੇ ਨੇ ਜਾਂ ਨਹੀਂ ਹੈਗੇ, ਆਸ਼ੂ ਜੀ ਦੋਸ਼ੀ ਹੈਗੇ ਨੇ ਕਿ ਨਹੀਂ ਹੈਗੇ, ਕਾਂਗੜ ਜੀ ਦੋਸ਼ੀ ਹੈਗੇ ਨੇ ਕਿ ਨਹੀਂ ਹੈਗੇ, ਇਹ ਵਿਸ਼ਾ ਤਾਂ ਅਜੇ ਮਾਨਯ ਅਦਾਲਤ ਨੇ ਦੇਣਾ ਹੈ, ਲੇਕਿਨ ਜਿਹੜੀ ਆਡੀਓ ਜਗ ਜਾਹਰ ਹੋ ਚੁੱਕੀ ਹੈ ਉਸ ਮੰਤਰੀ ਦੇ ਉੱਪਰ ਸਰਕਾਰ ਕਿਉਂ ਨਹੀਂ ਕਾਰਵਾਈ ਕਰ ਰਹੀ? ਫੁੱਜਾ ਸਿੰਘ ਸਰਾਰੀ ਸਾਹਿਬ ਤਾਂ ਇਹ ਗੱਲ ਕਹਿ ਚੁੱਕੇ ਨੇ ਵੀ ਮੇਰੀ ਜਿਹੜੀ ਕੀ ਹੈ ਆਡੀਓ ਆਵਾਜ਼ ਜ਼ਰੂਰ ਮੇਰੀ ਹੈ ਪਰ ਇਹ ਗਲਤ ਹੈ ਜੋ ਐਡਿਟ ਕੀਤੀ ਗਈ ਹੈ। ਉਹ मैं कहना ऑडिट की गई है, लेकिन अज समय है सरकार वालों आडियो एक मंत्री के कहने के ऑडिट की गई है वह सही मान लिया गया, जिन्हों की आडियो रिलीज नहीं हुई जिन्हों के कोई रिकॉर्ड नहीं खाले गए दोषी करार देते गए, जिन्हों की आडियो सारी दुनिया ने सुनी उन्होंने उपर कोई कार्रवाई नहीं हो रही। बिल्कुल सरकार ने जिहड़ा सेहत मंत्री नूं अंदर कीता सी ओह विपक्ष नूं डराउण वास्ते और अफसरां नूं डराउण वास्ते कीता गया सी, असल दे विच सरकार खुद भ्रिष्टाचार दे विच लिप्त है और ये जीन जाग दी जिहड़ी उदाहरण है ओह सरारी नूं बर्खास्त ना करना है। ਫੋਟੋ ਸਿੰਘ ਸਰਾਈ ਦੀ ਆਡੀਓ ਨੂੰ ਲੈ ਕੇ ਮੇਨ ਟੀਚਾ ਤੁਹਾਡਾ ਅੱਜ ਜਿਹੜਾ ਨਹੀਂ ਲੋਕਲ ਮੁੱਦੇ ਵੀ ਹੈ, ਰੇਤੇ ਦਾ ਮੁੱਦਾ ਹੈ, ਲੋਕਾਂ ਨੂੰ ਜਿਹੜੀ ਰੇਤ ਕਾਗਜ਼ਾਂ ਵਿੱਚ ਸਸਤੀ ਮਿਲ ਰਹੀ ਹੈ ਲੇਕਿਨ ਅਸਲੀਅਤ ਵਿੱਚ ਮਹਿੰਗੀ ਮਿਲ ਰਹੀ ਹੈ, ਜਿਹੜੇ ਜਿਸ ਤਰੀਕੇ ਦੇ ਨਾਲ ਫਾਜ਼ਿਲਕਾ ਦੇ ਵਿੱਚ ਚੋਰੀਆਂ ਡੇ ਬਾਈ ਡੇ ਵਧਦੀਆਂ ਜਾ ਰਹੀਆਂ ਨੇ ਔਰ ਮੈਂ ਸਮਝਦਾ ਪਿਛਲੀ ਸਰਕਾਰ ਦੇ ਨਾਲੋਂ 4 ਗੁਣਾ ਜ਼ਿਆਦਾ ਚੋਰੀਆਂ ਇਸ ਤਰ੍ਹਾਂ ਫਾਜ਼ਿਲਕਾ ਦੇ ਵਿੱਚ ਹੋ ਰਹੀਆਂ ਨੇ ਔਰ ਪੁਲਿਸ ਜਿਹੜੇ ਹੈ ਮਾਮਲੇ ਦਰਜ ਵੀ ਨਹੀਂ ਕਰ ਰਹੀ। ਪ੍ਰਧਾਨ ਜੀ ਤੁਹਾਡੀ ਸਰਕਾਰ ਦੇ ਵਿੱਚ ਵੀ ਚੋਰੀਆਂ ਤਾਂ ਹੁੰਦੀਆਂ ਰਹੀਆਂ ਨੇ? ਉਹੀ ਮੈਂ ਪੁੱਛਣਾ ਚਾਹੁੰਦਾ ਜਿਸ ਪੰਜਾਬ ਸਰਕਾਰ ਜਿਹੜੀ ਪਿਛਲੀ ਕਾਂਗਰਸ ਸਰਕਾਰ ਦੇ ਚੋਰੀਆਂ ਹੁੰਦੀਆਂ ਸੀ ਤਾਂ ਉਹਨੂੰ ਇੰਨਾ ਉਛਾਲਿਆ ਜਾਂਦਾ ਸੀ, ਅੱਜ ਇਹ ਸਰਕਾਰ ਕਿਉਂ ਚੁੱਪ ਹੈ ਜਦੋਂ ਇਹਨਾਂ ਦੀ ਸਰਕਾਰ ਦੇ 4 ਗੁਣਾ ਜ਼ਿਆਦਾ ਚੋਰੀਆਂ ਹੋ ਰਹੀਆਂ ਨੇ, ਪੁਲਿਸ ਮਾਮਲੇ ਦਰਜ ਕਿਉਂ ਨਹੀਂ ਕਰਦੀ ਕਿਉਂਕਿ ਆਪਣਾ ਰਿਕਾਰਡ ਕਲੀਅਰ ਰੱਖਣ ਵਾਸਤੇ? ਇੱਕ ਜਦੋਂ ਚੋਰਾਂ ਨੂੰ ਜਾਂ ਕਿਸੇ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਨੂੰ ਰੋਕਿਆ ਜਾਂਦਾ ਸੀ ਤਾਂ ਤੁਹਾਡੇ ਹੀ MLA ਫਾਜ਼ਿਲਕਾ ਦੇ ਸਾਬਕਾ MLA ਵੱਲੋਂ ਫੋਨ ਕਰਕੇ ਉਹਨਾਂ ਨੂੰ ਛੁਡਾਇਆ ਜਾਂਦਾ ਸੀ? ਨਹੀਂ, ਇਹ ਬਿਲਕੁਲ ਅਫਵਾਹਾਂ ਨੇ, ਇਹੋ ਜੀ ਕਦੇ ਵੀ ਸਾਡੇ ਕਿਸੇ ਵੀ MLA ਨੇ ਕਿਸੇ ਕਾਂਗਰਸ ਪਾਰਟੀ ਦੇ ਲੀਡਰ ਵੱਲੋਂ ਕਦੇ ਵੀ ਕਿਸੇ ਚੋਰਾਂ ਨੂੰ ਉਹ ਵੀ ਇੱਕ ਆਡੀਓ ਜਿਹੜੀ ਕੀ ਲੀਕ ਹੋਈ? ਬਿਲਕੁਲ ਹੋਈ ਸੀ, ਲੇਕਿਨ ਉਹ ਬੰਦਾ ਜਿਹਨੇ ਆਡੀਓ ਵਾਇਰਲ ਕੀਤੀ ਸੀ ਉਹਨੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਵਾਪਸ ਫਿਰ ਕਾਂਗਰਸ ਪਾਰਟੀ ਦੇ ਨਾਲ ਸਮਰਥਨ ਕੀਤਾ, ਇੱਥੋਂ ਇਹ ਸਾਬਤ ਹੁੰਦਾ ਕਿ ਉਹ ਜਿਹੜਾ ਹੈ ਉਹ ਇੱਕ ਸਿਰਫ ਐਡਿਟਿੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਪ੍ਰਧਾਨ ਜੀ ਨਗਰ ਕੌਂਸਲ ਵਿੱਚ ਸਟਰੀਟ ਲਾਈਟ ਕਰਮਚਾਰੀ ਨੇ ਉਹ ਹੜਤਾਲ ਤੇ ਨੇ ਪਿਛਲੇ 5-6 ਦਿਨਾਂ ਤੋਂ ਸ਼ਹਿਰ ਦੇ ਹਨੇਰਾ ਛਾਪ ਕੇ ਉਹਨਾਂ ਦਾ ਕੀ ਹਾਲ ਹੈ? ਦੇਖੋ ਉਹਨਾਂ ਨੂੰ ਜਿਹੜੀ ਅੱਜ 3 ਦਿਨਾਂ ਬਾਅਦ ਸਾਡੀ ਕਮੇਟੀ ਖੁੱਲੀ ਹੈ, ਅੱਜ ਉਹਨਾਂ ਨੂੰ ਬੁਲਾ ਕੇ ਲੋਕਾਂ ਦੀ ਜਿਹੜੀ ਸਮੱਸਿਆ ਹੈ ਇਸ ਨੂੰ ਜਲਦੀ ਤੋਂ ਜਲਦੀ ਅਸੀਂ ਅੱਜ ਨਿਬੇੜਨ ਦੀ ਕੋਸ਼ਿਸ਼ ਕਰਾਂਗੇ। ਇੱਕ ਸ਼ਹਿਰ ਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਦੀ ਸੀਟ ਖਾਲੀ ਪਈ ਹੈ ਨਗਰ ਕੌਂਸਲ ਬੋਰਡ ਕਾਂਗਰਸ ਦਾ ਜੀ ਕੋਲ ਤੱਕ ਕੀਤਾ ਹੈ। ਹਾਂਜੀ, ਕੁਝ ਕਾਂਗਰਸ ਦੇ 2 ਵੋਟ ਆਪਦੇ ਆਪ ਦੀ ਅਜਮਾਇਸ਼ ਕਰ ਰਹੇ ਨੇ। ਦੇਖੋ ਇਸ ਤਰ੍ਹਾਂ ਇਹ ਸਿਰਫ ਅਖਬਾਰਾਂ ਦੇ ਵਿੱਚ ਤੁਸੀਂ ਪੜ੍ਹਿਆ, ਲੇਕਿਨ ਜਿਤਨੀ ਦੇਰ ਤੱਕ ਸਰਕਾਰ ਵੱਲੋਂ ਉਸ ਇਲੈਕਸ਼ਨ ਦੇ ਸੰਬੰਧਿਤ ਕੋਈ ਡੇਟ ਡਿਕਲੇਅਰ ਨਹੀਂ ਹੋ ਜਾਂਦੀ ਉਤਨੀ ਦੇਰ ਤੱਕ ਜਿਹੜਾ ਹੈ ਸੀਨੀਅਰ ਵਾਈਸ ਪ੍ਰਧਾਨ ਨਹੀਂ ਚੁਣਿਆ ਜਾ ਸਕਦਾ। ਡੇਟ ਡਿਕਲੇਅਰ ਹੋਵੇਗੀ, ਕਾਂਗਰਸ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦਾ ਹੀ ਜਿਹੜਾ ਹੈ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਬਣਾਏਗੀ। ਨਗਰ ਕੌਂਸਲ ਦੇ ਤੁਸੀਂ ਪ੍ਰਧਾਨ ਹੋ, ਫਾਜ਼ਿਲਕਾ ਦੇ ਵਿਕਾਸ ਦੇ ਵਿੱਚ ਤੁਹਾਡਾ ਜਿਹੜਾ ਕਮੇਟੀ ਦਾ ਬੜਾ ਵੱਡਾ ਯੋਗਦਾਨ ਰਹਿਣਾ ਹੈ, ਤਾਂ 7 ਮਹੀਨੇ ਦੀ ਜਿਹੜੀ ਕੀ ਸਰਕਾਰ ਦਾ ਬਦਲਾਅ ਹੋ ਚੁੱਕਿਆ ਹੈ ਤਾਂ ਹੁਣ ਤੁਹਾਡਾ ਕਿਸ ਤਰ੍ਹਾਂ ਦਾ ਤਾਲਮੇਲ ਚੱਲ ਰਿਹਾ ਉਹਨਾਂ ਨਾਲ? ਦੇਖੋ ਜਦੋਂ ਗਵਰਨਮੈਂਟ ਕਾਂਗਰਸ ਦੀ ਸੀ 8-9 ਮਹੀਨੇ ਮੈਨੂੰ ਟਾਈਮ ਮਿਲਾ ਉਸ ਦੌਰਾਨ ਕੰਮ ਕਰਨ ਦਾ, ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸ਼ਹਿਰ ਦੀ ਕੋਈ ਗਲੀ ਮੁਹੱਲਾ ਵਾਰਡ ਅਸੀਂ ਨਹੀਂ ਛੱਡਿਆ, ਜਿੱਥੇ ਪਹਿਲਾਂ ਉੱਥੇ ਕਾਂਗਰਸ ਦਾ MCC ਪਹਿਲਾਂ ਉੱਥੇ
आम आदमी पार्टी का सी चाहे बीजेपी का सी असी बिना भेदभाव के काम किया है। रेता जड़ा है ना होने कारण सरकार वालों रेत पॉलिसी जी है ना होने कारण अजे तक असी जिहड़े ओह काम जिहड़े पैनी शुरू नहीं करा सके सी। अगर हुण रेता खुल जांदा तां असीं ठेकेदारां नूं वी कहण जोगे आ वी तुसीं कम करो। पहलां 10 रुपए च 30 रुपए च मिलदी सी तां कोई वी ठेकेदार काम नहीं करदा सी। प्रधान जी, इक वेखण नूं आ रिहा कि फाजिलका नूं सर्वेक्षण अवार्ड दे विच सफाई अभियान दे विच अवार्ड मिल रहे ने, पर जिथे वी वेखिए उथे गंदगी दे ढेर मचे होए ने, लोकी फाजिलका दे विच रहना इस टाइम दुशवार होया पिआ, की कहना चाहोगे इस ते तुसीं, की कारवाई करोगे? जिहड़ा साडे जिहड़े सफाई योद्धा ने ओह दिन भर रात पूरी अपनी निष्ठा दे नाल काम करदे ने, और चाहे गंदे नाले सफाई का काम है, चाहे स्लज कैरियर की सफाई का काम है, चाहे शहर की सफाई का काम है, उन्हां दी नेक नीति दे बदला ही फाजिलका नूं जिहड़ा है अवार्ड मिलिया। मैं तुहाडी गल नूं झुठलांदा नहीं किस तरीके दे नाल, पर मैं उस नाल नाल जनता दे सहयोग की भी कामना करना कि जनता भी सानूं जिहड़े शहर नूं साफ रखण दे विच सानूं पूरा सहयोग देवे। प्रधान जी, पिछले दिनों एक वीडियो वायरल हो रही है जिंदे विच कई MC साडे मौजूद ने ते लोकां वल्लों कमेंट कीते जा रहे ने वी विकास कम्मां ते चर्चा कीती जा रही है, उहनूं कितने तक जाए समझदे? देखो, गल इह है असी परिवार दे विच बैठ के भी कुछ गल्लां कर सकते हैं। मैं तुहाडी इस वीडियो के उपर ही गल लैके आ रहा कि वीडियो आडियो तो फौजा सिंह सरारी की भी जारी हुई सी, उस उपर की कार्रवाई हुई है। ਤੁਸੀਂ ਇਹ ਫਾਜ਼ਿਲਕਾ DC ਦਫ਼ਤਰ ਤੋਂ ਬਾਹਰ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਅੱਜ ਕਾਂਗਰਸ ਪਾਰਟੀ ਵੱਲੋਂ ਜਿਹੜਾ ਕੀ ਹੈ ਪੰਜਾਬ ਸਰਕਾਰ ਦੇ ਵਿਰੁੱਧ ਜਿਹੜਾ ਕੀ ਧਰਨਾ ਦਿੱਤਾ ਗਿਆ ਆਪਣੀਆਂ ਜਿਹੜੀਆਂ ਕਿ ਮੰਗਾਂ ਨੂੰ ਲੈ ਕੇ ਨੀਤੀਆਂ ਨੂੰ ਲੈ ਕੇ ਅਤੇ ਉੱਥੇ ਹੀ ਫੌਜਾ ਸਿੰਘ ਸਰਾਜ ਦੀ ਆਡੀਓ ਨੂੰ ਲੈ ਕੇ ਜਿਹੜਾ ਕੀ ਹੈ ਸਵਾਲ ਕੀਤੇ ਜਾ ਰਹੇ ਨੇ, ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਨੇ। ਸਾਹਿਲ ਬਠੇਜਾ ਜੀ, ਤੁਹਾਨੂੰ ਸਾਰੀਆਂ ਜਿਹੜੀਆਂ ਤਸਵੀਰਾਂ ਦਿਖਾਉਣਗੇ ਇੱਥੇ ਮੌਜੂਦਾ ਧਰਨੇ ਦੀਆਂ। लाइव तस्वीर तुम देख रहे हो DC दफ्तर बाद धरने दी जिथे समूह जिला कांग्रेस वालों अज धरना दिता जा रहा है। विशेष रूप दे विच फाजिलका तो साबका MLA दविंदर सिंह घुबाया भी जी इथे मौजूद ने। ਲੱਖ ਰੁਪਈਆ ਰਿਸ਼ਵਤ ਲੈਂਦਾ ਹੋਇਆ ਸ਼ਰੇ ਆਮ ਫੜਿਆ ਗਿਆ, ਹੁਣ ਉਹ ਕੌਣ ਕਰਵਾ ਰਿਹਾ ਤੁਸੀਂ ਆਪ ਜਾਣੋ, ਸਿਖਾਲੇ ਹੋ ਚੰਗੇ ਭਲੇ ਹੋ ਸਾਰਾ ਕੁਛ ਜਾਣਦੇ ਹੋ, ਉਹ ਲੱਖ ਲੱਖ ਰੁਪਈਆ ਇੱਕ ਇੱਕ ਬੰਦੇ ਕੋਲੋਂ 20 ਲੱਖ ਰੁਪਈਆ ਮੰਗਾ ਕੇ ਬਈ ਸਰਪੰਚਾਂ ਨੂੰ ਬਲੈਕਮੇਲ ਕਰੋ ਜਾਂ ਲੀਡਰਾਂ ਨੂੰ ਬਲੈਕਮੇਲ ਕਰੋ, ਬਲੈਕਮੇਲ ਕਰਕੇ ਆਪਣੀਆਂ ਝੋਲੀਆਂ ਭਰੋ। ਤੋ ਬੇਨਤੀ ਕਰਦਾ ਭਰਾਵੋ ਤੇਰੇ ਸੱਚਣ ਵਧੀਆ ਬੋਲਦੇ ਨੇ ਸਾਰੇ, ਹੁਣ ਆਪਾਂ ਇਹ ਗੱਲ ਕਰਨੀ ਹੈ ਆਮ ਆਦਮੀ ਤੇ ਮੋਦੀ ਸਰਕਾਰ ਗਈ बराड़ अपने आप से विचार देंगे, सबसे पहला आने वाले जो लीडर ने तुम भी आके विचार दो देवा जी, आओ आओ दो मिनट हुई बस मौजूद ने रूबी गिल जी, इन्होंने भी गलबात करते हैं। जी सर, अज DC दफ्तर के बाद धरना दिता जा रहा है, किहड़े मसले नूं लैके आए तुसीं आए हो? अज जिहड़ी डाकुआं दी पार्टी आम आदमी पार्टी फौजा सिंह सरारी नहीं मैं फौजा सिंह सफारी कहूंगा कि जेड़े लोकां ते पंजाब दे लोकां ने उम्मीद लगाई सी कि लोग पंजाब नूं बदलाव दी राह ते लैके जाणगे, जिन्हां दे नाल अज चलदे आ ते पंजाब गनमैन हुंदे हन, VIP कल्चर हुंदा है, जिवें पिछे जे कहिंदे सी ऑपरेशन लोटस है सानूं 100 करोड़ दिंदे आ, मैं तां कहिंदा इन्हां दी तां जिवें मुल ही जिहड़ा 1.5-2 लाख है, एदू वध इन्हां दी औकात है नहीं, एदू वध इन्हां दी हैसियत है नहीं। अज पंजाब दे लोक इन्हां तों जवाब मंगदे आ किथे आ ओह 1,000 रुपया ਜਿਹੜਾ ਤੁਸੀਂ ਭੈਣਾਂ ਨੂੰ ਵਾਅਦਾ ਕੀਤਾ ਸੀ, VIP ਕਲਚਰ ਦੀ ਗੱਲ ਕੀਤੀ ਸੀ, ਅੱਜ ਤੁਹਾਡੇ ਪਰਿਵਾਰ ਦੇ ਨਾਲ ਕਿੰਨੇ ਕਿੰਨੇ ਗਨਮੈਨ ਚੱਲਦੇ ਆ, ਅੱਜ ਪੰਜਾਬ ਦੇ ਵਿੱਚ ਹਰ ਰੋਜ਼ ਗੈਂਗਵਾਰ ਦੇ ਨਾਲ ਕਿੰਨੇ ਨੌਜਵਾਨਾਂ ਦਾ ਕਤਲ ਕੀਤਾ ਜਾ ਰਿਹਾ ਤੇ ਪੰਜਾਬ ਪੁਲਿਸ ਭੱਜੇ ਹੋਏ ਗੈਂਗਸਟਰ ਇਹ ਕੈਟਾਗਰੀ ਦੇ ਗੈਂਗਸਟਰਾਂ ਨੂੰ ਆਸ਼ਕੀ ਕਰਵਾਵੇ, ਉਹਨਾਂ ਨੂੰ ਉਹਨਾਂ ਦੀਆਂ ਗਰਲਫ੍ਰੈਂਡਾਂ ਨਾਲ ਮਿਲਾਵੇ, ਇੱਥੋਂ ਪਤਾ ਲੱਗਦਾ ਕਿ ਪੰਜਾਬ ਅੱਜ ਕਿਸ ਰਾਹ ਵੱਲ ਚੱਲ ਰਿਹਾ। ਪੰਜਾਬ ਨੂੰ ਇੱਕ ਬੇਕਾਰ ਮੁੱਖ ਮੰਤਰੀ ਮਿਲਿਆ ਜਿਹੜਾ 12 ਵਜੇ ਸ਼ਰਾਬ ਦੇ ਨਾਲ ਬਿਲਕੁਲ ਟੁੰਨ ਹੁੰਦਾ ਹੈ, ਕੋਈ
प्रशासन से कंट्रोल नहीं, कोई गल नहीं, कोई बात नहीं। अज पंजाब दे विच गुंडाराज चल रहा है। असीं तां मंग करदे हां कि फौजा सिंह सराणी नूं बरखास्त किया जावे ते इह जिहड़ी सरकार भी बरखास्त कीती जावे। बीबी जी गल कीती जावे तां जिहड़ी कि भर्तियां दित्तियां जा रहियां ने, नौकरियां दित्तियां जा रहियां ने, उहनां नूं किस तरह देखदे हो तुसीं? देखो उह जिहड़ियां नौकरियां ने उह पिछली सरकार दे जिहड़े एग्जाम होए सी कुछ कारणां करके उह फाइलां नहीं क्लीयर हो सकियां, पर उह नौकरियां वेखो राजस्थान सॉरी हरियाणा दे बंदे या होरां स्टेटां दे बंदे पंजाब दे विच आके नौकरी कर रहे हैं। पंजाब दे नौजवानां नाल वादा कीता सी हर घर नौकरी दा, ते नौकरी हरियाणे दे बंदे आके करन क्यों? हरियाणे हिमाचल दे क्यों? कि हरियाणे हिमाचल वाले पंजाब वालियां नूं तां सानूं तां बेवकूफ बना लिया। हुण वारी आ हरियाणे हिमाचल ते गुजरात वालियां दी कि उहनां नूं गुमराह करके किसे तरीके वोटां। हुण तुसीं प्रेस वाले भाई हो, चलो ठीक है, तुसीं चैनल चलाउणे हुंदे आ, बड़े खर्चे वी हुंदे आ, तुहानूं वी ऐडां दी लोड़ हुंदी है, पर ऐडां तां 100-100 करोड़ जांदियां पईआं गुजरात ते हिमाचल च पंजाब दा पैसा। अज मीडिया नूं वी जागण दी लोड़ है, मीडिया नूं वी एकमुट होण दी जरूरत है। आने वाला टाइम कांग्रेस पार्टी आम आदमी पार्टी वालों दावे किए जा रहे हैं, चाहे वह मोहल्ला क्लीनिक की गरंटी सी, चाहे आप गल करिए होर जो मुद्दे सन नौकरियां दे सन, सब जो उन्होंने वालों कहे जा रहे हैं धीरे धीरे जो कि पूरे किए जा रहे हैं, उन्होंने क्यों नहीं देखा जा रहा, अनदेखा किया जा रहा? देखो कि मोहल्ला क्लीनिक फालका च कि जड़िया मोहल्ला क्लीनिका सी उन्हें च हर रोज तो डॉक्टर अस्तीफे दिते जाते हैं। इन्होंने भगत सिंह की पग शहीद भगत सिंह जिहड़ी खट्टी पग सानू इनकलाब दी पग है जिहड़ी सानू एक एहसास कराउंदी है, ये उस पग नूं बदनाम करते हुए हैं। इन्हां दे किसे वर्कर नूं कोई तमीज़ नहीं, किवें प्रेस दे साथी नाल गल करनी है, किवें किसे अफसर नाल गल करनी है, जिन्हों कोई पुछदा नहीं पिंड चों, वह कहिंदा मैं आम आदमी पार्टी का लीडर है। इहो हालात पंजाब च ने, लीडर किहड़े ने जिहड़े होरां पार्टियां चों कढे, फाइलका दे सारे MLA वेख लो, होरां जिलियां दे वेख लो, कोई कांग्रेस चों कढे है, कोई अकाली दल चों कढे है, वह इन्हां दे लीडर बने फिरदे, कोई नवें लोग ने? लोग तो उही ने। देखो 300 यूनिट वाले जिन्ना इन्होंने बिजली वाले मुद्दे से पंजाब के लोगों को गुमराह किया, ये तो गल करते कि उदो जनरल ऐसी कैटागरी की तो कोई गल ही नहीं सी, हुण जनरल कैटागरी की भी गल अलग आ गई, BC कैटागरी की भी अलग आ गई, SC की भी अलग आ गई, ये तो लोगों को एक पास्यों नप के दूजे पास्यों दूजी वो गल है। रूपी जी 600 यूनिट तक जिहड़ा कि है बिल जीरो आए ने, उन्होंने किस तरह देख रहे हो? कोई जीरो नहीं आया जी, बिल्कुल झूठ है। जे आम आदमी पार्टी के कुछ लोगों के आ गए हो एडिट करके पाते हो गल वक्री है, लोगों दुगने बिल आ रहे हैं। जो 600 यूनिट तो जनरल कैटागरी का बंदा कोई क्रॉस कर जाता है तो उन्होंने दूजा भी बिल पैंदा, तो अलग तो टैक्स भी पैंदे आ, लोगों तो ज्यादा पंगे च पाता इन्होंने। की कहना चाहोगे इस मुद्दे पर? मैं तो यही कहना चाहवागा कि इन्होंने सारे वादे खोखले है, पंजाब के लोगों को जागण की लोड़ है, वो टाइम दूर नहीं जो पंजाब के लोग साडियां भैणां हत्थां च थापे फड़ के ते इन्हां दे लीडरां नूं अगे ला के भजाउणगे। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ, ਅੱਜ ਦੇ ਜੋ ਧਰਨਾ ਦਿੱਤਾ ਗਿਆ ਕਾਂਗਰਸ ਪਾਰਟੀ ਸਮੁੱਚੀ ਪਾਰਟੀ ਜਿਹੜੀ ਕੀ ਹੈ, ਸਾਬਕਾ MLA ਸਾਹਿਬ ਮੌਜੂਦ ਨੇ, MC ਸਾਹਿਬਾਨ ਮੌਜੂਦ ਨੇ, ਸੁਖਵੰਤ ਬਰਾੜ ਜੀ ਇੱਥੇ ਮੌਜੂਦ ਨੇ, DC ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਕਾਂਗਰਸ ਪਾਰਟੀ ਮੌਜੂਦਾ ਪੰਜਾਬ ਸਰਕਾਰ ਦੇ ਖਿਲਾਫ਼ ਇਹ ਜਿਹੜਾ ਕਿ ਨੀਤੀਆਂ ਦੇ ਮਾਰੇ ਜਿਹੜਾ ਉਹਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ, ਤੇ ਉਸ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਰੂਬੀ ਗਿੱਲ ਜੀ ਆਣਗੇ ਤੇ ਆਪਣੇ ਵਿਚਾਰ ਦੇਣਗੇ। ਰੂਬੀ ਗਿੱਲ ਜੀ ਜਿਹਨਾਂ ਫਾਜ਼ਿਲਕਾ ਦੀ ਕਾਂਗਰਸ ਪਾਰਟੀ ਦੇ ਸਾਰੇ ਹੀ ਜਰਨੈਲ ਸਾਬਕਾ MLA ਸਾਡੇ ਨੌਜਵਾਨ ਸਾਥੀ ਵਰਿੰਦਰ ਘੁਬਾਇਆ ਜੀ, ਮੇਰੇ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੇ ਤੁਸੀਂ ਦੇਖ ਰਹੇ ਸੀ ਰਾਜਭੱਟ ਜੀ, ਜ਼ਿਲ੍ਹੇ ਦੀ ਕਾਂਗਰਸ ਪਾਰਟੀ ਵੱਲੋਂ ਅੱਜ DC ਦਫ਼ਤਰ ਤੋਂ ਬਾਅਦ ਧਰਨਾ ਦਿੱਤਾ ਜਾ ਰਿਹਾ। ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਸੀ ਤੁਹਾਡੇ ਆਪਣੇ ਚੈਨਲ RB ਲਾਈਵ ਮੀਡੀਆ ਤੇ, ਐਸੇ ਤਰ੍ਹਾਂ ਦੀ ਹੀ ਕਵਰੇਜ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਮੈਂ ਸਾਹਿਬ ਡੇਜਾ, ਮੇਰੇ ਨਾਲ ਮੇਰੇ ਸਹਿਯੋਗੀ ਸੰਨੀ ਦੋਮੜਾ ਜੀ, ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਜੈ ਹਿੰਦ ਜੈ ਭਾਰਤ। ਸਾਰੇ ਕੱਟਿਆ, ਮੈਂ ਵੇਖਿਆ ਕਿ ਪਿਛਲੇ ਧਰਨੇ ਨਾਲੋਂ ਇਸ ਵਾਰ ਜ਼ਿਆਦਾ ਕੱਟ ਹੈ, ਸੋ ਸਾਰੇ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਆਏ ਹੋ। ਕੱਲ੍ਹ ਮੈਂ
ਕਈ ਸਰਪੰਚਾਂ ਨੂੰ ਫੋਨ ਕੀਤਾ, ਜੱਟੂ ਸਿੰਘ ਸਰਪੰਚ ਬੈਠਾ ਤੇ ਵਿਚਾਰਾ ਤਾਰਾਂ ਤੋਂ ਤਾਰ ਸੀ, ਇਹਦਾ ਫੋਨ ਮਿਲਿਆ ਨਹੀਂ, ਫਿਰ ਮੈਸੇਜ ਲਾਇਆ, ਪਰ ਅੱਜ ਵਿਚਾਰਾ ਆਪਦਾ ਚੋਣਾਂ ਕੱਢਦਾ ਛੱਡ ਕੇ ਗਿਆ। ਅੱਜ ਵੀ ਤੁਸੀਂ ਆਇਆ, ਤੁਹਾਡਾ ਸਾਰਿਆਂ ਦਾ ਧੰਨਵਾਦ। ਸੋ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ ਜਾਂ ਕਰਪਸ਼ਨ ਕਰ ਰਹੇ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਕੱਲਾ ਇੱਥੇ ਨਹੀਂ, ਜੇ ਰਾਜਾ ਵੜਿੰਗ ਜੀ ਸਾਨੂੰ ਹੋਰ ਵੀ ਇਸ ਇਹਦੇ ਲਈ ਸੰਘਰਸ਼ ਵਾਸਤੇ ਕਹਿਣਗੇ, ਪੰਜਾਬ ਲੈਵਲ 'ਤੇ ਅਤੇ ਹੋਰ ਕਰ ਕਰ ਅਸੀਂ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਔਰ ਜਿਹੜੀ ਕਰਪਸ਼ਨ ਹੈ ਇਹਨਾਂ ਦੇ ਲੀਡਰ, ਇਹਨਾਂ ਦੇ ਮੰਤਰੀ ਹੈ, ਇਹਨਾਂ ਦੇ MLA ਕਰ ਰਹੇ, ਉਹ ਅਸੀਂ ਕਰਪਸ਼ਨ ਹੋਣ ਨਹੀਂ ਦਿਆਂਗੇ। ਔਰ ਉਹਨਾਂ ਨੂੰ ਫੜ ਕੇ ਅੰਦਰ ਅਸੀਂ ਕਰਾਵਾਂਗੇ ਔਰ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ। ਤੁਸੀਂ ਸਾਰੇ ਆਪਦਾ ਕੀਮਤੀ ਸਮਾਂ ਕੱਢ ਕੇ ਆਇਓ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂਗਾ ਸਾਡੇ ਐਡਵੋਕੇਟ ਸੁਰਿੰਦਰ ਸਿਦੇਵਾ ਨੂੰ ਕਿ ਉਹ ਸਭ ਦਾ ਧੰਨਵਾਦ ਕਰਨਗੇ। ਅੱਜ ਜਿਹੜੇ ਇਹਨਾਂ ਦੇ ਲੀਡਰ, ਇਹਨਾਂ ਦੇ ਮੰਤਰੀ, ਇਹਨਾਂ ਦੇ MLA ਜਿਹੜੇ ਕਰਪਸ਼ਨ ਕਰ ਰਹੇ ਔਰ ਉਹਨਾਂ ਦੇ ਖਿਲਾਫ਼ ਜਿਹੜੀ ਕਾਰਵਾਈ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ਼, ਔਰ ਜਿਹੜੇ ਪੰਜਾਬ ਸਰਕਾਰ ਜਿਹੜੇ ਵਾਅਦੇ ਕੀਤੇ ਸੀ ਔਰ ਉਹਨਾਂ ਦੇ ਵਾਅਦੇ ਨਹੀਂ ਪੂਰੇ ਹੋ ਰਹੇ ਉਹਨਾਂ ਦੇ ਖਿਲਾਫ਼, ਪੰਜਾਬ ਸਰਕਾਰ ਦੇ ਖਿਲਾਫ਼ ਜਿਹੜਾ ਅਸੀਂ ਅੱਜ ਧਰਨਾ ਲਾਇਆ। 6 ਮਹੀਨਿਆਂ ਦੇ ਵਿੱਚ ਤੁਹਾਡਾ ਤੀਸਰਾ ਕਿ ਚੌਥਾ ਧਰਨਾ ਹੈ ਸਰਕਾਰ ਦੇ ਖਿਲਾਫ਼, ਕਿਸ ਤਰ੍ਹਾਂ ਦੀ ਜਿਹੜੀ ਕੀ ਸਰਕਾਰ ਚੱਲ ਰਹੀ ਹੈ? ਸਰਕਾਰ ਤੁਹਾਡੇ ਸਾਹਮਣੇ ਹੀ ਹੈ, ਹਰ ਵਰਗ ਦੇ ਵਿੱਚ ਤਰਾਈ ਮੱਚੀ ਹੋਈ ਹੈ, ਹਰ ਵਰਗ ਹੀ ਜਿਹੜਾ ਦੁਖੀ ਹੈ, ਚਾਹੇ ਲੇਬਰ ਤੋਂ ਲੈ ਕੇ ਵਪਾਰੀ ਲੈ ਲਓ, ਜਿਹਨੂੰ ਮਰਜ਼ੀ ਪੁੱਛ ਲਓ, ਔਰ ਹਰ ਇੱਕ ਬੰਦਾ ਜਿਹੜਾ ਦੁਖੀ ਹੈ, ਔਰ ਮੁਲਾਜ਼ਮ ਵਰਗ ਤਾਂ ਸਭ ਤੋਂ ਜ਼ਿਆਦਾ ਜਿਹੜਾ ਦੁਖੀ ਹੈ।